हेलो गाइस, वेलकम बैक टू माय चैनल व्लॉग्स। सो गाइस, हल्ले मैं रजाई बैठी पई हूँ। आज है डैडी का बर्थडे, तो असी देना सरप्राइज केक। तो हल्ले कोई नहीं उठेगा मम्मा तो इलावा, अक्सर पे थोड़े टाइम बाद मिलते हैं कि हल्ले मैं बटोना है। हमने जैके आया से मैं उन्होंने मिल के तो हम रजाई तो बाहर निकलन लगी है, क्योंकि 9 बजे मेरी क्लास होनी है, तो 9 बजन वाले हैं, 10 मिनट रह गए। तो गाइस, अज डैडी का बर्थडे, असी प्लैन प्लून सारा कुछ कर लिया है। सरप्राइज केक पाइनएप्पल वाला असी ऑर्डर कर दिता है, ते गाइस बलून वगैरह लाने हैं असी। ते गाइस जेड़ा भूम वाला हुंदा है जे चस्तारे निकलदे हुंदे ओ भी मंगाया है, फुलझड़ी जे ते सानू मिलदे थोड़े टाइम बाद जदों बलून लाउण लग पए। नहीं लाउंदे पए होए उदों मिलूंगे तुहानू, बाय बाय थोड़े टाइम लई। बंद ही नहीं होया। सो गाइस, हुण मेरी क्लास लगदी पई है, ते मेरा टेस्ट हो चुका है, हुण दूसरी क्लास होनी है उंदे। हुण ज्योति क्लास भी लगनी है। इसलिए असी रूम डेकोरेट नहीं कीता गा, इह सारा ओदी आ, ते क्योंकि हले तक केक नहीं आया, ते उहदे नाल बहुत सारे बलून आ, कॉपर आ, ते इक ओह वाली कैंडल आ जिहड़ी ते फटदी जी हुंदी आ। हले कुछ भी नहीं आया, मैं वेट कर रही हूँ कि कुछ आवे। गाइस हले केक नहीं आया, गाइस केक आ चुका है, ते हले असी लियांदा नहीं का, सारा समान आ गया, ते हले असी लियांदा नहीं का कुछ भी। हले असी बलून्स भी लाने आ, ते ओदी उधर भी ਹੁਣੇ ਇੱਕ ਬਹੁਤ ਵੱਡਾ ਇੰਸੀਡੈਂਟ ਹੋ ਕੇ ਹਟਿਆ। ਮੈਂ ਨਾ ਇੱਥੇ ਬੈਠੀ ਤਾਂ ਕਲਾਸ ਲਾਉਣ ਡਈ ਸੀ, ਉੱਥੇ ਫੋਨ ਪਿਆ ਸੀ, ਚਾਰਜ ਲੱਗਾ ਹੈ ਨਾ, ਉੱਧਰੋਂ ਰਹਿਣਾ ਹੈ, ਮਤਲਬ ਕਿ ਸਕੂਟਰੀ ਦੀ ਆਵਾਜ਼ ਆਈ। ਕੋਮਲ ਹੈ ਨਾ ਬਾਹਰੋਂ ਭੱਜੀ ਗਈ, ਕੋਮਲ ਕਹਿੰਦੀ ਛੇ ਛੇ ਦੀ ਪੰਗਾਂ ਦੇ ਲਾ, ਸਕੂਟਰੀ ਆ ਗਈ, ਆਵਾਜ਼ ਆਈ। ਫਿਰ ਨਾ ਮੈਂ ਇੱਥੇ ਬੈਠੀ ਸੀ, ਮੈਂ ਕੈਮਰਾ ਬੰਦ ਕੀਤਾ, ਭੱਜੀ ਗਈ। ਬਾਹਰੋਂ ਜਾਣਾ ਆਪਾਂ, ਇੱਦਾਂ ਐਂਟਰ ਹੋਣਾ ਅੰਦਰ, ਇੱਦਾਂ ਅਸੀਂ ਇੱਥੇ ਮੁੜ ਕੇ ਉਹ ਪਾਰਟੀ ਪੋਪਰ ਇੱਦਾਂ ਫੋੜਨਾ, ਹੈਪੀ ਬਰਥਡੇ। ਫਿਰ ਇੱਦਾਂ ਆਉਂਦੇ ਆ ਬਲੂਨਸ ਲੱਗੇ ਹੋਣੇ, ਇੱਦਾਂ ਸੋਹਣੇ ਲੱਗਦੇ ਆਉਂਦੇ। ਫਿਰ ਆਹ ਜਿਹੜੇ ਇਹਦੇ ਕਲੂਨਸ ਆ, ਇਹਨਾਂ ਨੂੰ ਡੈਕੋਰੇਟ। ਆਹ ਦੇਖੋ ਸਾਡੀ ਡੈਕੋਰੇਸ਼ਨ, ਪਹਿਲਾਂ ਆਹ ਇੱਕ ਲੜੀ ਲਾਈ ਆ ਬਲੂਨਸ ਦੀ, ਇੱਦਾਂ ਐਂਟਰ ਹੁੰਦੇ ਆ, ਇੱਦਾਂ ਆਹ ਲੜੀ ਇੱਦਾਂ ਜਾ ਕੇ ਉੱਥੇ ਪੜ ਦੇਣਾ ਅਟੈਚ, ਫਿਰ ਇੱਦਾਂ ਜਾ ਕੇ ਇੱਦਾਂ। ਆਹ ਦੋ ਬਲੂਨਸ ਆ, ਇੱਕ ਆਹ ਬਲੂਨ ਆ, ਇੱਕ ਆਹ ਆ, ਆਹ ਜੋਤ ਨੇ ਪਤਾ ਨਹੀਂ ਕੀ ਬਣਾਇਆ ਆ, ਅਤੇ ਚਲੋ ਲੈਂਦੇ ਹਾਂ ਥੰਬ ਦੇ। ਹੁਣ ਅਸੀਂ ਆਹ ਦੋ ਫੁੱਲ ਵੀ ਸਾਈਡ 'ਤੇ ਰੱਖ ਦਿੱਤੇ ਆ, ਅਤੇ ਇੱਕ ਆਹ ਪੀਚੂ ਜਾ ਵੀ ਇੱਥੇ ਰੱਖਦਾ ਹੈ। ਇਹ ਪੀਚੂ ਹੱਥ ਬਾਹਰ ਕੱਢ ਆਪਣੇ, ਹਾਂ ਲੈ ਕੀ ਕਰਦਾ ਹੈ।
ਸੁਣੇ ਹੁਣੇ ਇੱਕ ਬਹੁਤ ਵੱਡਾ ਇੰਸੀਡੈਂਟ ਹੋ ਕੇ ਹਟਿਆ। ਮੈਂ ਨਾ ਇੱਥੇ ਬੈਠੀ ਤਾਂ ਕਲਾਸ ਲਾਉਣ ਡਈ ਸੀ, ਉੱਥੇ ਫੋਨ ਪਿਆ ਸੀ ਚਾਰਜ ਲੱਗਾ, ਹੈ ਨਾ ਉੱਧਰ ਰਹਿਣਾ ਹੈ, ਮਤਲਬ ਕਿ ਸਕੂਟਰੀ ਦੀ ਆਵਾਜ਼ ਆਈ। ਕੋਮਲ ਹੈ ਨਾ ਬਾਹਰੋਂ ਭੱਜੀ ਗਈ, ਕੋਮਲ ਕਹਿੰਦੀ ਛੇ ਛੇ ਦੀ ਪੰਗਾਂ ਦੇ ਲਾ ਸਕੂਟਰੀ ਆ ਗਈ ਆਵਾਜ਼ ਆਈ। ਫਿਰ ਨਾ ਮੈਂ ਇੱਥੇ ਬੈਠੀ ਸੀ, ਮੈਂ ਕੈਮਰਾ ਬੰਦ ਕੀਤਾ, ਭੱਜੀ ਗਈ। ਪਤਾ ਇੱਥੇ ਇੱਦਾਂ ਬਲੂਨ ਦੀ ਜਿਹੜੀ ਲੜੀ ਲੱਗੀ ਸੀ ਨਾ, ਮੈਂ ਕੋ ਬਲੂਨ ਖਿੱਚਿਆ ਇੱਦਾਂ ਹੀ ਸਾਰੀ ਲਾਤੀ, ਉੱਥੋਂ ਵੀ ਸਾਰੇ ਲੱਥ ਗਏ। ਹੁਣ ਉਹ ਸਾਰੇ ਅੰਦਰ ਪਏ ਆ ਅਤੇ ਡੈਡੀ ਨੂੰ ਕੁਛ ਪਤਾ ਹੀ ਨਹੀਂ ਲੱਗਾ, ਕਿਉਂਕਿ ਡੈਡੀ ਅੰਦਰ ਵੀ ਆ ਸੀ, ਡੈਡੀ ਨੇ ਦੇਖਿਆ ਨਹੀਂ ਇੱਧਰ ਵੀ, ਅਤੇ ਡੈਡੀ ਨੂੰ ਕੁਛ ਪਤਾ ਵੀ ਨਹੀਂ ਲੱਗਾ। ਆਸ਼ਚਰਯ ਦੀ ਗੱਲ ਤਾਂ ਇਹ ਆ ਕਿ ਡੈਡੀ ਨੂੰ ਪਤਾ ਹੀ ਨਹੀਂ ਕਿ ਅੱਜ ਮੇਰਾ ਬਰਥਡੇ ਆ। ਗਾਈਜ਼ ਦੱਸਿਓ ਕਮੈਂਟ ਕਰਕੇ ਤੁਹਾਡੇ ਨਾਲ ਵੀ ਇੱਦਾਂ ਕਦੀ ਹੋਇਆ, ਤੁਸੀਂ ਕੋਈ ਸਰਪ੍ਰਾਈਜ਼ ਰੱਖਿਆ ਹੋਵੇ ਅਤੇ ਉਹ ਪੋਪਰ ਹੁੰਦਾ ਹੁੰਦਾ ਬਚ ਗਿਆ ਹੋਵੇ, ਕਮੈਂਟ ਕਰਕੇ ਦੱਸਿਓ ਜੇ ਇੱਦਾਂ ਹੋਇਆ ਹੋਵੇ ਤੁਹਾਡੇ ਨਾਲ। ਕੇਕ ਆ ਚੁੱਕਾ ਆ, ਇਹਦੇ ਫੁੱਲ ਜੇ ਥੋੜੇ ਮੈਦ ਹੋ ਗਏ ਆ, ਤੇ ਅਸੀਂ ਇੱਕ ਲੜੀ ਇੱਥੋਂ ਇੱਦਾਂ ਇੱਧਰ ਨੂੰ ਵੀ ਲਾ ਲਈ ਆ, ਇਹਦਾ ਤਿੰਨ ਲੜੀਆਂ ਹੋ ਗਈਆਂ। ਗਾਇਸ ਮੈਂ ਆ ਗਈ ਆ, ਬੇਲਾ ਆ ਗਈ ਆ ਮੇਰੇ ਨਾਲ, ਆਂ ਦੇ ਆ ਥੋੜੇ ਸਤਾਰੇ ਦੇ ਭਰ ਗਏ ਆ। ਤੇ ਗਾਇਸ ਅਸੀਂ ਬਾਹਰ ਕੱਢਿਆ, ਇੱਥੇ ਥੋੜਾ ਕ ਡੱਬੇ ਦੇ ਨਾਲ ਲੱਗਾ ਪਿਆ ਆ, ਥੋੜਾ ਕ ਟੇਸਟ ਕਰਕੇ ਦੇਖ ਲਓ। ਡੱਬੇ ਤੋਂ ਅਸੀਂ ਲਾਉਂਦੇ ਆ ਕੱਟਿਆ ਹੈ ਨੀ ਹਲੇ, ਅਸੀਂ ਡੱਬੇ ਤੋਂ ਖਾਣ ਡੇ ਆ। ਸਾਡਾ ਸਰਪ੍ਰਾਈਜ਼ ਕਰਾ ਤੋਂ ਚੁੱਕਾ ਹੈ ਕਿ ਪਰੌਣੇ ਖਾ ਰਹੇ ਆ, ਸਾਨੂੰ ਕੇਕ ਚੱਕਣਾ ਪਿਆ ਉੱਥੋਂ ਤੇ ਇੱਥੇ ਲਕੋਟਾ ਫਿਰ ਅਸੀਂ ਲਿਆ ਸਰਪ੍ਰਾਈਜ਼ ਕਰਾ। ਜੋ ਗਾਈਜ਼ ਹੁਣ ਹਲੇ ਅਸੀਂ ਲੇਟ ਕੇਕ ਕਰਨਾ, ਪਰੌਣੇ ਆਏ ਆ, ਤੁਹਾਨੂੰ ਚਾਹ ਚੂ ਦੇਣੀ ਆ ਸਰਪ੍ਰਾਈਜ਼। ਅਚਾਨਕ ਹੀ ਸਾਰਾ ਕੁਛ ਹੋ ਗਿਆ ਤੇ ਇਸ ਕਰਕੇ ਸਾਡਾ ਰਿਕਾਰਡ ਵੀ ਨਹੀਂ ਕਰ ਪਾਇਆ ਤੇ ਕੇਕ ਵੀ ਗੁੱਲਿਆ ਸੀ। ਆ ਜਿਹੜੀ ਕੜਾਹੀ ਨੀ ਪਹਿਲਾਂ ਜੀ ਇਸ ਲਈ ਕੇਕ ਕੁਕ ਕੱਟਾਂਗੇ, ਹਲੇ ਸ਼ਾਇਦ ਡੈਡੀ ਨੂੰ ਪਤਾ ਲੱਗ ਗਿਆ ਹੈ ਸਰਪ੍ਰਾਈਜ਼ ਪਰ ਕੀ ਕੇਕ, ਅਤੇ ਇਹਨੂੰ ਕਹਿੰਦੇ ਸਰਪ੍ਰਾਈਜ਼ ਪੋਪਟ, ਹੁੰਦੇ ਹੁੰਦੇ ਬਜਟ ਤੋਂ ਬਾਅਦ ਵੀ ਪੋਪਟ ਹੋ ਜਾਣਾ। ਹੈਪੀ ਬਰਥਡੇ ਟੂ ਯੂ, ਚਲੋ ਰਾਣਾ ਤੇ ਚਲੋ।
ਬਗਾਲੇ ਨੂੰ ਮਾਰ ਗੋੜੀ ਆਪਾਂ ਬਗਾਲੇ ਤੋਂ ਕੀ ਲੈਣਾ ਹੈ ਆ ਦੇ ਪਿਪਲੇ ਚੱਲ ਆਵਾਂ ਨਾਲ ਚਾਵਾਂ ਹੱਥ ਲਾਣਾ ਇੱਕ ਮਿੰਟ ਬਿਠਾਉਣਾ ਨਹੀਂ ਜੀ ਆਪਣੇ ਵੀਡੀਓ ਬਣਾਉਂਦੀ ਵੀਡੀਓ ਬਣਾਉਂਦੀ ਮੈਂ ਚੱਲ ਬਸ ਬਸ ਚੱਲ ਪੀ ਬਰਥਡੇ ਟੂ ਯੂ ਪੀ ਬਰਥਡੇ ਟੂ ਯੂ ਹੈਪੀ ਬਰਥਡੇ ਉਹ ਹਲੇ ਵੀ ਬੋਲੀ ਜਾਂਦੀ ਉਹਨੇ ਬੋਲੀ ਜਾਣਾ ਉਹਨੇ ਬੋਲਣੀ ਆ ਚਲ ਇਧਰ ਦੇਖੋ ਇਧਰ ਨੂੰ ਵੀ ਦੇਖੋ ਉਹਨੂੰ ਕਿਧਰ ਭੇਜੋ ਚਲ ਹਾਂ ਹੋ ਗਈ ਲੈ ਆਪਣੇ ਹੱਥ ਤੋਂ ਹੀ ਜਾ ਲਗਾ ਲਾ ਗਾ ਤਾਂ ਜਾਂ ਡੈਡੀ ਨੂੰ इधर नु तो देख इधर इधर नु भी देखो सारे ने बैठो आंटी ने भी ना बैठा लो पे ना आंदी है चक दे सारा ही ठीक है सही है एक सही खाली है चल चल इनके से खाला जिंदगी में क्रीम खिलाते होना चक गोन लग पो अम्मा तो भी खा ले मैं एक बार खा पाया अम्मा ले आ पलटा खा लो खालो 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 केक खालो भुखड़ो भुखड़ो खालो आहो अपना नहीं खाना ओहदे विच कट कट के खाई जांदे लो खा लो क्रीम क्रीम जी ले आगी ब्रेड में आप ही क्रीम मंगी थी आंटी तो तू आ देखो गाइस लगे तो दिल के मैं एक कपट करना आप लोग चलो सीधा जाओ बाय बाय।